ਪਕਾਸ਼ ਹੋਤੇ ਬਹੁਤ ਬਹੁਤ ਮੁਬਾਰਕ ਨਵਰੇਹ ਹੋਕਨ ਮੇ ਜੀਜੇ ਜੰਗ ਤਰੇ ਦੋ ਜੀਜੇ ਬਸ ਸਾਰੀ ਕੋਰੀਅਨ ਤੋਂ ਨਸ਼ਨ ਨਮਕ ਔਰ ਪੈਸਾ ਚਾਹੇ ਚਾਹੇ ਆਠ ਆਨੇ ਦੇ ਦੋ ਸਗਨ ਹੋਤਾ ਯੇ ਹਮਾਰੀ ਮਾਂ ਨੇ ਨਿਕਾਲਦੀ ਥੀ ਵੋ ਕਹਿੰਦੀ ਤੁਮ ਦੋ ਰੁਪਏ ਮੈਨੇ ਕਿਆ ਕਰਨਾ ਕਹਿੰਦੀ ਤੁਮ ਚਾਹੇ ਮੇਰੇ ਸੇ ਇੱਕ ਆਨਾ ਲੈ ਲੇ ਯੇ ਸਗਨ ਇਹ ਬਰਕਤ ਹੈ ਤੇਰੇ ਕੋ ਕਰਨਾ ਕੱਲ ਬਹੁਤ ਬੜਾ ਅੱਛਾ ਦਿਨ ਹੈ ਤੋ ਆਪ ਕਰਤੇ ਹੋ ਪਤਾ ਨਾ ਕੱਲ ਸੇ ਸ਼ੁਰੂ ਹੋ ਗਿਆ ਘਰ ਮੇ ਕਸ਼ਮੀਰ ਮੇ ਅੱਛਾ ਹਾਂ ਇਸ ਲਈ ਪਹੁੰਚ ਗਈ ਕਸ਼ਮੀਰ ਪਹੁੰਚ ਗਏ ਅਗਰ ਬਿਮਲਾ ਆਏ ਬਈ ਮੈਂ ਦਿਲ ਚੇਂਜ ਤੋ ਫਿਰ ਆ ਜਾਓ ਜਾਣਾ ਚਾਹੀਏ ਤੋਂ ਰਾਜ ਨੂੰ ਸੁਣਨਾ ਹੁਣ ਮੁੱਦ ਦੋ ਹੀ ਮਨ ਮੈਂ ਸੁਖੂਜ ਤੇ ਕਿ ਇਹਨੇ ਅੰਦਰ ਹੀ ਮਾਰ ਦੇ ਤੋਕ ਮੁਚੂਸ ਕੋਦੋ ਸੋ ਕੋਮ ਤੋਕ ਮੁਚੂਸ ਕੋਦੋ ਸੋ ਕੋਮ ਕਿਆ ਹੋਏ ਦੋ ਹੀ ਛਟਾ ਕੋਦੋ ਸੋ ਕੋਮ ਛਟਾ 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 ਸਾ ਪਗਾ ਨੀ ਜੋ ਸਾਨੀ ਨਸ਼ਨ ਤੋ ਕੋਇਨ ਪਾਸ ਚਾਹੇ 500 ਰੁਪਏ ਪਥਵਰੀ ਕਰਾਏ ਨਾ ਪਥਵਰੀ ਕਰਾਏ ਆਪਕਾ ਮੈਂ ਸੁਣਾ ਸੀਰੀਅਲ ਬੜਾ ਅੱਛਾ ਜਾ ਰਿਹਾ ਜੀ ਮੁਝੇ ਉਸ ਦਿਨ ਮੌਸਮੀ ਚੈਟਰਜੀ ਜੀ ਮਿਲੀ ਥੀ ਉਨ੍ਹਾਂ ਨੇ ਕਿਹਾ ਬੜਾ ਅੱਛਾ ਸੀਰੀਅਲ ਹੈ ਕਿਆ ਨਾਮ ਹੈ ਧੀਰੇ ਧੀਰੇ ਸੇ ਹਾਂ ਹਾਂ ਬਹੁਤ ਤਾਰੀਫ ਹੋ ਰਹੀ ਹੈ ਆਪਕੀ ਜੀ ਧੰਨਵਾਦ ਮਾਤਾ ਨਮਸਕਾਰ ਨਵਰੇ ਮੁਬਾਰਕ ਨਵੇ ਮੁਬਾਰਕ ਮੇਰੇ ਪਾਸ ਕਿਤਾ ਪਾਸ ਚੇ ਬਕਾ ਚਾਹੀਦੇ ਤੇ ਆਠਾ ਨਾ ਚਾਹ ਪਾਸ ਪਾਸ ਅੱਛਾ ਇਹ ਸਗਨ ਇਹ ਪੈਸਾ ਨਹੀਂ ਹੈ ਤਾਂ ਰਸ ਭਗਵਾਨ ਤੇ ਨੇ ਉਰਜ਼ੂ ਆਏ ਬਤ ਦਾਈ ਮੋਹਨੀ ਚ ਕੋਦਰ ਦੇ ਰਸ ਸੁਤਿ ਮਾਰ ਹੈ ਨਾ ਉਸ ਆਸੇ ਕਿਉਂ ਦੇ ਰਹਾ ਭਗਵਾਨ ਜੀ ਨੇ ਲਾਇਕ ਜੈ ਮਾਤਾ ਦੀ ਜੈ ਭਗਵਾਨ ਦੀ ਨਾ ਬੋਧ ਯੋ ਭਗਵਾਨ ਦੀ ਨਾ ਵਿਸ਼ੇਸ਼ ਵਿਸ਼ੇਸ਼ ਵਹੀ ਕਰਾਂ ਸਾਰੀ